ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਆ ਖੁਸ਼ੀ ਦੀ ਲਹਿਰ ਕੱਲ ਕੋਰ ਕਮੇਟੀ ਦੀ ਮੀਟਿੰਗ 'ਚ ਸਾਡੇ ਪ੍ਰਧਾਨ ਸਾਹਿਬ ਨੇ ਸਤਿਕਾਰਯੋਗ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਬਹੁਤ ਵੱਡਾ ਅਹਿਮ ਫੈਸਲਾ ਕੀਤਾ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਦਲਿਤ ਦਾ ਡਿਪਟੀ CM ਬਣੂਗਾ ਔਰ ਜਿਹੜਾ ਕੱਲ੍ਹ ਅਨਾਊਂਸਮੈਂਟ ਹੋਈ ਹੈ ਵੀ ਡਿਪਟੀ CM ਹੈ ਜਿਹੜਾ ਹਿੰਦੂ ਵਰਗ 'ਚੋਂ ਲਿਆ ਜਾਊਗਾ। ਮੈਂ ਸਮਝਦਾ ਇਹ ਬਾਦਲ ਸਾਹਿਬ ਦੀ ਬਹੁਤ ਵੱਡੀ ਸੋਚ ਹੈ। ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਸੀ ਉਹ ਸੋਚ ਮੈਂ ਸਮਝਦਾ ਸੁਖਬੀਰ ਸਿੰਘ ਬਾਦਲ ਦੇ ਵਿੱਚ ਆ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੈਕੂਲਰ ਪਾਰਟੀ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਸਾਰੇ ਹਿੰਦੂ ਵਰਗ ਦਾ ਸਤਿਕਾਰ ਕਰਦੀ ਹੈ, ਦਲਿਤ ਵਰਗ ਦਾ ਸਤਿਕਾਰ ਕਰਦੀ ਹੈ। ਕੋਈ ਐਸਾ ਵਰਗ ਨਹੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹਦਾ ਸਤਿਕਾਰ ਨਹੀਂ ਕਰਦਾ। ਔਰ ਇਹ ਇੰਨਾ ਅਹਿਮ ਫੈਸਲਾ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ, ਸਾਡੇ ਨਾਭੇ ਹਲਕੇ ਦੇ ਜਿਹੜੇ ਸਾਡੇ ਸਰਕਲ ਦੇ ਪ੍ਰਧਾਨ ਸਾਹਿਬ ਬੈਠੇ ਨੇ, ਮਿਊਂਸਪਲ ਕਮੇਟੀ ਦੇ ਕੌਂਸਲਰ ਸਾਹਿਬਾਨ ਬੈਠੇ ਨੇ, ਇਹ ਸਾਰੇ ਹਿੰਦੂ ਵਰਗ ਹੈ। ਇਹਨਾਂ 'ਚ ਅੱਜ ਕੱਲ੍ਹ ਦੀ ਅਨਾਊਂਸਮੈਂਟ ਤੋਂ ਇੰਨਾ ਖੁਸ਼ੀ ਦਾ ਮਾਹੌਲ ਹੋਇਆ ਵੀ ਇਹ ਜਿਹੜਾ ਅੱਜ ਖੁਸ਼ੀ ਦਾ ਪ੍ਰਗਟਾਵਾ ਵੀ ਕਰਨ ਵਾਸਤੇ ਸਾਡੇ ਸਾਰੇ ਭਰਾ ਇਕੱਠੇ ਹੋਏ ਨੇ। ਔਰ ਮੈਂ ਧੰਨਵਾਦੀ ਹਾਂ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਇੰਨੀ ਉੱਚੀ ਸੋਚ ਰੱਖ ਕੇ ਸਾਰੇ ਭਾਈਚਾਰੇ ਨੂੰ ਜੋ ਇਕੱਠਾ ਕੀਤਾ ਔਰ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ, ਮੈਂ ਸਮਝਦਾ 101% ਬਣੂਗੀ। ਮੈਂ ਧੰਨਵਾਦੀ ਹਾਂ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਫੈਸਲਾ ਕੀਤਾ। ਔਰ ਜਿਹੜੀਆਂ ਤੁਸੀਂ ਦੇਖੋ ਅੱਜ ਕਾਂਗਰਸ ਦੇ ਵਿੱਚ ਖਲਾਰਾ ਪਿਆ ਹੋਇਆ, ਉਹਨਾਂ ਨੂੰ ਆਪਣਾ ਲੀਡਰ ਨਹੀਂ ਮਿਲ ਰਿਹਾ। ਜੇ ਕਿਸੇ ਨੂੰ ਉਹ ਕਰਦੇ ਹੈ ਤਾਂ ਉਦੋਂ ਹੀ ਭੰਗੜਾ ਪੈ ਜਾਂਦਾ, ਉੱਥੇ ਅਨਾਊਂਸਮੈਂਟ ਕਰਨ ਨੂੰ ਤਿਆਰ ਬੈਠੇ ਆ, ਪੰਜਾਬ 'ਚ ਇੱਥੇ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ। ਔਰ BJP ਦਾ ਹਾਲ ਤੁਸੀਂ ਪਿੰਡਾਂ 'ਚ ਦੇਖ ਲਓ, ਪ੍ਰੈਸ ਵਾਲੇ ਜਾਣਦੇ ਹੈ, ਉਸ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ। ਅੱਜ ਇਕੱਲੀ ਤੋਂ ਇਕੱਲੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜੇ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਹੇ ਨੇ ਔਰ ਉਹਨਾਂ ਦੇ ਨਾਲ ਨੇ। ਤੁਸੀਂ ਸ਼ਾਇਦ ਬਿਆਨ ਪੜ੍ਹਿਆ ਨਹੀਂ ਹੈ, ਜਿਹੜੇ ਸੰਯੁਕਤ ਮੋਰਚੇ ਨੇ ਕਹਿਤਾ ਸਾਡੀ ਲੜਾਈ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਨਾਲ ਭਾਜਪਾ ਨਾਲ ਹੈ, ਭਾਜਪਾ ਨੂੰ ਨਾ ਵੜਨ ਦਿਓ, ਬਾਕੀ ਜਿਹੜੇ ਪਾਰਟੀਆਂ ਨੇ ਉਸ ਨੂੰ ਕੋਈ ਨਹੀਂ ਜਾਣ ਤੋਂ ਰੋਕਦਾ। ਅਸੀਂ ਵੀ ਪਿੰਡਾਂ 'ਚ ਮੀਟਿੰਗਾਂ ਕਰ ਰਹੇ ਹਾਂ, ਜਾ ਰਹੇ ਹਾਂ, ਲਗਾਤਾਰ ਜਾ ਰਹੇ ਹਾਂ। ਔਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਮੈਂ ਸਮਝਦਾ ਕਿਸਾਨਾਂ ਵਾਸਤੇ ਇੰਨੀ ਵੱਡੀ ਕੁਰਬਾਨੀ ਕਰਤੀ, ਉਹਨਾਂ ਨੇ ਬੀਬਾ ਜੀ ਨੇ ਰਿਜ਼ਾਈਨ ਦਿੱਤਾ ਸਰਕਾਰ 'ਚੋਂ, ਕੋਈ ਸਰਪੰਚੀ ਦਾ ਰਿਜ਼ਾਈਨ ਨਹੀਂ ਦਿੰਦਾ। ਔਰ ਬਾਅਦ 'ਚ ਸੁਖਬੀਰ ਸਿੰਘ ਬਾਦਲ ਜੀ ਨੇ ਪਾਰਟੀ ਦੇ ਅਲਵਿਦਾ ਕਹਿਤਾ, ਜਿਹੜਾ 25-30 ਸਾਲ ਪੁਰਾਣਾ ਸਾਡਾ ਰਿਸ਼ਤਾ ਸੀ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਹੈ, ਸਹੀ ਮਾਇਨੇ 'ਚ ਕਿਸਾਨਾਂ ਦੇ ਨਾਲ ਖੜੀ ਹੈ, ਪਹਿਲਾਂ ਵੀ ਖੜੀ ਸੀ, ਹੁਣ ਵੀ ਖੜੀ ਹੈ, ਗਾਹਾਂ ਨੂੰ ਵੀ ਖੜੀ ਰਹੂਗੀ। ਕੱਲ੍ਹ ਦੀ ਸਾਡੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਦੀ ਅਨਾਊਂਸਮੈਂਟ ਨਾਲ ਪੰਜਾਬ ਦੇ ਵਿੱਚ ਹਿੰਦੂ ਵਰਗ ਦੇ ਵਿੱਚ ਇੰਨੀ ਖੁਸ਼ੀ ਹੈ, ਜਿਹੜੇ ਕਿ ਪਹਿਲਾਂ ਅਪੋਜੀਸ਼ਨ ਵਰਗ ਦੇ ਬੰਦੇ ਤੋਹਮਤ ਲਾਉਂਦੇ ਸੀ ਵੀ ਇਹ ਸਰਕਾਰ ਹੈ ਜਿਹੜੀ ਇਕੱਲੀ ਸਰਦਾਰਾਂ ਦੀ ਹੈ, ਜ਼ਿਮੀਂਦਾਰਾਂ ਦੀ ਹੈ, ਹਿੰਦੂਆਂ ਦੀ ਕੋਈ ਪੁੱਛ ਨਹੀਂ। ਕੱਲ੍ਹ ਦੀ ਓਪਨ ਅਨਾਊਂਸਮੈਂਟ ਦੇ ਨਾਲ ਇੰਨੀ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਸਾਡੇ ਵਰਗ ਦੇ ਵਿੱਚ ਵੀ ਉਹਨਾਂ ਦੀ ਅਨਾਊਂਸਮੈਂਟ ਕਰਨ ਦੇ ਨਾਲ ਹੁਣ ਸਾਨੂੰ ਰੋਜ਼ ਮੇਰਾ ਕੱਲ੍ਹ ਦੇ 100 ਹੋਣ ਵਾਲੇ ਵੀ ਬੜਾ ਵਧੀਆ ਫੈਸਲਾ ਕੀਤਾ, ਹੁਣ ਅਸੀਂ ਤੁਹਾਡੇ ਨਾਲ ਹਾਂ। ਔਰ ਤੁਹਾਡੀ ਤੁਸੀਂ ਹੁੰਗਾਰਾ ਦੇਖ ਰਹੇ ਹੋ, ਅੱਜ 10 ਨੇ, ਕੱਲ੍ਹ ਨੂੰ 100 ਨੇ, ਇਹ ਮਲਟੀਪਲਾਈ ਹੋਣ ਵਾਲਾ ਇਕੱਠ ਹੈ, ਇਹ ਇੱਦਾਂ ਕੋਈ ਰਹਿੰਦਾ ਨਹੀਂ। ਕੱਲ੍ਹ ਦੀ ਅਨਾਊਂਸਮੈਂਟ ਜਿਹੜੀ ਹਿੰਦੂ ਵਰਗ ਦੇ ਲਈ ਡਿਪਟੀ CM ਦੀ ਕੀਤੀ ਹੈ, ਉਹਦਾ ਬਹੁਤ ਵੱਡਾ ਪੰਜਾਬ ਵਿੱਚ ਹੁੰਗਾਰਾ ਮਿਲ। ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਨ੍ਹਾਂ ਨੇ ਆਉਣ ਵਾਲਾ ਮੁੱਖ ਮੰਤਰੀ ਵੀ ਬਣਨਾ 2022 ਦੀਆਂ ਚੋਣਾਂ ਦੇ ਵਿੱਚ, ਅੱਜ ਇੱਕ ਐਸੀ ਇਗਜ਼ਾਮਪਲ ਪੇਸ਼ ਕੀਤੀ ਹੈ ਕਿ ਉਹ ਨਕਸ਼ੇ ਕਦਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਉੱਪਰ ਚੱਲਦੇ ਹੋਏ ਨਜ਼ਰ ਆਉਣਾ। ਹਰ ਵਰਗ ਨੂੰ ਨਾਲ ਲੈ ਕੇ ਚੱਲਣਾ, ਹਰ ਸੰਸਥਾ ਨੂੰ ਨਾਲ ਲੈ ਕੇ ਚੱਲਣਾ, ਜੋ ਉਹਨਾਂ ਨੇ ਅੱਜ ਸ਼ੋਅ ਕੀਤਾ ਹੈ, ਇਸ ਤੋਂ ਸਾਫ਼ ਹੈ, ਇਹ ਅਕਸ਼ ਸਾਫ਼ ਹੁੰਦਾ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਣੇਗੀ। ਸੁਖਬੀਰ ਸਿੰਘ ਜੀ ਬਾਦਲ ਨੇ
जिथे हिंदू वर्ग के दलित वर्ग के दो डिप्टी सी एम लैण का ऐलान करता वो तो होर भी सोने पर सुहागा होया क्योंकि श्रोमणी अकाली दल को पहला सिखा की पार्टी कहा जाता है कि जथेदारा की पार्टी है ये कोई होर नहीं अज सैकुलर पार्टी के तौर पर उभर के आई जिसे दलित का भी रिप्रजेंटेशन मिलेगी हिंदू भी मिलेगी तो मुसलमान भी मिलेगी। सुखबीर सिंह जी बादल का बहुत ही वधिया कदम है ये तो जिहड़ा किसानों प्रति तुम हमने पूछ रहे थे इको एक पार्टी है श्रोमणी अकाली दल साडे प्रधान ने कल ऐलान करता कि पार्लीमेंट सैशन शुरू हो जा रहा पार्लीमेंट सैशन के अंदर अकाली दल डट के विरोध करेगा कि कानून जिहड़े आ रद्द किए जाण नहीं तो असीं पार्लीमेंट का बाइकाट करांगे। इस तों वध मेरे हिसाब नाल सुची उच्ची सोच हो नहीं सकती तो तय है कि श्रोमणी अकाली दल सरकार सी एम साडे सुखबीर सिंह जी बादल तो उस तों बाद मैं तो नाभा निवासियों वगों अपने मुख आने वाले मुख्यमंत्री एक होर फरमाइश करूँ कि साडा कैंडीडेट हिंदू भी है दलित भी है तो नाभे नूं रिप्रजेंटेशन दी जाए। बहुत बहुत धन्यवाद।